ਦਿਲ ਜਾਨ ਮੇਰੀ ਇੱਕ ਐਸੀ ਰੂਹ ਹੈ, ਮੇਰਾ ਐਸਾ ਯਾਰ ਹੈ, ਐਸਾ ਪਿਆਰ ਹੈ, ਐਸੀ ਮੁਹੱਬਤ ਹੈ। ਬਹੁਤ ਸਾਲਾਂ ਬਾਅਦ, ਬਹੁਤ ਚਿਰ ਬਾਅਦ ਟੱਕਰਿਆ, ਗੋਰਾ ਹੋ ਗਿਆ, ਮੋਟਾ ਵੀ ਹੋ ਗਿਆ ਮੇਰੇ ਵਾਂਗੂ, ਇਹ ਭੁਲੇਖੇ ਨੇ ਕਿ ਭਾਰ ਘੱਟ ਜਾਂਦਾ। ਵਾਹਿਗੁਰੂ ਵਾਹਿਗੁਰੂ, ਉਹ ਮੇਰਿਆ ਮਾਲਕਾ, ਉਹ ਮੇਰਿਆ ਮਾਲਕਾ, ਉਹ ਮੇਰਿਆ ਮਾਲਕਾ, ਉਹ ਮੇਰਿਆ ਰੱਬਾ। ਮੇਰਾ ਮਾਲਕਾ, ਰੱਬ ਤੈਨੂੰ ਸਿਹਤ ਦੇਵੇ, ਰੱਬ ਤੈਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ, ਰੱਬ ਤੈਨੂੰ ਰਾਜ਼ੀ ਰੱਖੇ, ਰੂਹ ਤੇਰੀ ਤਾਜ਼ੀ ਰੱਖੇ, ਤੇਰੀ ਹੀ ਹੱਥ ਬਾਜ਼ੀ ਰੱਖੇ, ਖੁਸ਼ ਰਹੇ ਹਮੇਸ਼ਾ, ਤੰਦਰੁਸਤੀਆਂ ਰਹੇ, ਅੱਗੇ ਹੀ ਵੱਧਦਿਆ ਰਹੇ। ਦਿਲ ਜਾਨ, ਮੈਂ ਆਪਣਾ ਸਮਾਂ ਆਪ ਦੇ ਵੱਲੋਂ ਕੱਟਦਿਆਂ ਹੋਇਆਂ ਝੋਲੀ ਪਾਉਣਾ ਦਿਲ ਜਾਨ ਦੇ। ਦਿਲ ਜਾਨ, ਜੋ ਵੀ ਸੁਣਾਉਣਾ ਰੂਹ ਨਾਲ, ਮੈਂ ਸੁਣ ਕੇ ਉਹੀ ਜਾਣਾ ਚਾਹੁੰਦਾ। ਬਸ ਮੈਂ ਸਿਰਫ ਇੰਨੀ ਹਾਜ਼ਰੀ ਵਾਸਤੇ ਆਇਆ ਸੀ, ਮੈਨੂੰ ਲੱਗਦਾ ਸੀ ਮੈਂ ਅੱਜ ਉੱਚਾ ਪਿੰਡ ਫਿਲਮ ਦੀ ਕਲਾਈਮੈਕਸ ਸ਼ੂਟ ਕਰਕੇ ਆਇਆ। ਜਦੋਂ ਤੁਸੀਂ ਉੱਚਾ ਪਿੰਡ ਫਿਲਮ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਕਿੰਨਾ ਕੁ ਔਖਾ ਸੀ। ਚੰਡੀਗੜ੍ਹ ਦੇ ਕੋਲੇ ਸੀ ਪਰ ਉੱਥੋਂ ਆਇਆ, ਕੋਈ ਗੱਲ ਨਹੀਂ, ਪਰ ਮੈਨੂੰ ਦਿਲ ਜਾਨ ਟੱਕਰ ਗਿਆ, ਮੇਰੀ ਰੂਹ ਟੱਕਰ ਗਈ, ਮੇਰਾ ਪਿਆਰ ਟੱਕਰ ਗਿਆ, ਗੀਤਾ ਜੈਲਦਾਰ ਟੱਕਰ ਗਿਆ, ਅਤੇ ਬਹੁਤ ਸਾਰੇ ਕਲਾਕਾਰ ਭਰਾ ਸੱਜਣ ਸੁਨੇਹੀ ਪਿੱਛੇ ਬੈਠੇ ਨੇ, ਅਤੇ ਰੂਹਾਂ ਟੱਕਰ ਗਈਆਂ। ਦਿਲ ਜਾਨ, ਥੈਂਕ ਯੂ ਸਰ। ਇਸ ਗੱਲ ਦਾ ਅੱਜ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਰਿਸ਼ਤੇ ਜ਼ਰੂਰ ਨਹੀਂ ਹੈ ਕਿ ਖੂਨ ਦੇ ਹੋਣ, ਇਹ ਪਿਆਰ ਦਾ ਰਿਸ਼ਤਾ ਖੂਨ ਤੋਂ ਵੀ ਵੱਧ ਕੇ ਹੁੰਦਾ। ਇਹ ਇਹ ਅੱਜ ਇਹ ਸਰ ਨੇ ਮੈਨੂੰ ਗੱਲ ਸਾਬਿਤ ਕੀਤੀ ਹੈ, ਮੈਨੂੰ ਨਹੀਂ ਪਤਾ ਸੀ। ਮੈਂ ਹਮੇਸ਼ਾ ਆਪਣੇ ਆਪ ਨੂੰ ਬੜਾ ਛੋਟਾ ਜਿਹਾ ਸਮਝਦਾ, ਹੁਣ ਵੀ ਮੈਂ ਮੇਲੇ 'ਚ ਆਇਆ ਸੀ, ਮੈਂ ਸਿਰਫ ਸਰ ਸੁਣਨ ਆਇਆ ਸੀ, ਮੇਰੀ ਕੱਲ੍ਹ ਹਾਜ਼ਰੀ ਲੱਗ ਗਈ ਹੈ, ਮੈਂ ਸਿਰਫ ਸਾਰੇ ਫਨਕਾਰਾਂ ਨੂੰ ਸੁਣਨ ਆਇਆ ਸੀ। ਪਰ ਜਦੋਂ ਤੁਸੀਂ ਇਹ ਸਭ ਕੁਝ ਮੇਰੇ ਲਈ ਬੋਲਿਆ, ਮੈਨੂੰ ਉੱਥੋਂ ਇੱਥੇ ਤੱਕ ਲੈ ਕੇ ਆਉਂਦਾ, ਇਹ ਮੇਰੇ ਲਈ ਬਹੁਤ ਵੱਡੀ ਗੱਲ। ਮੈਂ ਚਾਹਾਂਗਾ ਦਿਲੋਂ ਤਾੜੀ ਮਾਰੋ ਜ਼ਰਾ ਇੱਕ ਵਾਰੀ ਪਲੀਜ਼। 11 ਨਵੰਬਰ ਨੂੰ ਸ਼ਾਮ ਨੂੰ 5 ਵਜੇ ਪਟਿਆਲੇ ਪਹੁੰਚਣਾ, ਬਸ ਇੰਨਾ ਹੀ ਹੈ। ਜੀਓ ਜਿਉਂਦਾ। ਪਹੁੰਚ ਗਿਆ ਸਰ। ਇੱਕ ਗੀਤ, ਜੇ ਹੁਣ ਰੂਹ ਦੀ ਗੱਲ ਹੈ ਤਾਂ ਮੇਰਾ ਦਿਲ ਕਰਦਾ, ਮੈਂ ਇੱਕ ਗੀਤ ਪਿੱਛੇ ਰਿਲੀਜ਼ ਕੀਤਾ, ਜਿਨ੍ਹਾਂ ਜਿਨ੍ਹਾਂ ਸੁਣਿਆ ਉਹਨਾਂ ਦੀ ਬਹੁਤ ਮਿਹਰਬਾਨੀ, ਜਿਨ੍ਹਾਂ ਜਿਨ੍ਹਾਂ ਨਹੀਂ ਸੁਣਿਆ ਉਹ ਤੁਹਾਡੇ ਤੋਂ ਪਾਸ ਕਰਾਉਣਾ, ਜ਼ਰਾ ਗੌਰ ਨਾਲ ਸੁਣਿਓ। ਹੋ ਦੇ ਤੂੰ ਕਹਿੰਦਾ ਰਹਿਣਾ ਬਦਲ ਗਏ, ਹਾਂ ਇੱਕ ਮੋੜ ਤੇ ਆਣ ਖਲੋ ਗਏ। ਓਏ ਅਸੀਂ ਬਦਲੇ ਨਹੀਂ, ਹਾੜਾ ਬਦਲੇ ਨਹੀਂ, ਹੁਣ ਤੇਰੇ ਵਰਗੇ ਹੋ ਗਏ। ਓਏ ਅਸੀਂ ਬਦਲੇ ਨਹੀਂ, ਹਾੜਾ ਬਦਲੇ ਨਹੀਂ, ਹੁਣ ਤੇਰੇ ਵਰਗੇ ਹੋ ਗਏ। ਸੱਚੀ ਤੇਰੇ ਵਰਗੇ ਹੋ ਗਏ।
ਸਰ ਦੀ ਫਰਮਾਇਸ਼ ਹੈ ਕਿਉਂਕਿ ਅੱਜ ਮੇਰੀ ਹਾਜ਼ਰੀ ਸਿਰਫ ਇਹਨਾਂ ਕਰਕੇ ਲੱਗ ਰਹੀ ਹੈ, ਮੈਨੂੰ ਪਤਾ ਨਹੀਂ ਹੈ ਕੀ ਹੋ ਰਿਹਾ, ਆਈ ਡੋਂਟ ਨੋ। ਹੁਣ ਮੈਨੂੰ ਫਰਮਾਇਸ਼ ਹੋਈ, ਮੈਂ ਇੱਥੇ ਗਾਣਾ ਇੱਥੇ ਬੰਦ ਕਰ ਦੇਣਾ ਹੈ, ਕੰਢੇ ਉੱਤੇ ਮਿਹਰਮਾਂ ਦੀ ਫਰਮਾਇਸ਼ ਹੈ। ਜਿਹਨਾਂ ਜਿਹਨਾਂ ਸੁਣਿਆ ਜਰਾ ਤਾੜੀ ਮਾਰ ਕੇ ਦੱਸੋ ਸੁਰ ਖੇਤਰ 'ਚ। ਥੈਂਕ ਯੂ ਸੋ ਮਚ, ਥੈਂਕ ਯੂ, ਬਹੁਤ ਮਿਹਰਬਾਨੀ। ਪੰਜਵੇਂ ਤੋਂ ਹੀਰ ਪਰਵੀ, ਪੰਜਵੇਂ ਤੋਂ ਹੀਰ ਪਰਵੀ। ਸੋਹਣੀ ਤੇ ਘੜੇ ਦੀ ਆਪਸ ਦੀ ਗੱਲਬਾਤ ਹੈ। ਸੋਹਣੀ ਘੜੇ ਨੂੰ ਕਹਿੰਦੀ ਹੈ, ਵੇ ਬੰਨ ਸੁੱਟਾਂ ਮੈਂ ਤੈਨੂੰ ਚੂਰ ਕਰ ਦਿਆਂ, ਮਿੱਟੀ ਦਿਆਂ ਘੜਿਆਂ, ਤੇ ਜਾ ਬਹਿਨੇ ਤੂੰ ਜਾ ਬਹਿਨੇ ਮਹਿਬੂਬ ਦੀ ਢਾਕੇ, ਨੀ ਬੰਨ ਨਾ ਸੁੱਟੀ ਨੀ ਮੈਨੂੰ, ਨੀ ਮੈਨੂੰ ਚੂਰ ਨਾ ਕਰਦੀ, ਨੀ ਮੈਂ ਤਾਂ ਅੱਗੇ ਬੜੇ ਦੁੱਖ ਪਾ, ਨੀ ਪਹਿਲਾਂ ਚੋਟ ਗਈਆਂ ਹੱਥਾਂ ਦੀ, ਤੇ ਫਿਰ ਹੱਥ ਘੁੰਮਿਆਰ ਕੁੱਟ ਘੁੰਮਿਆਰ ਮੇਰਾ ਚੂਰਾ ਕੀਤਾ, ਤੇ ਫਿਰ ਛੰਨਣੀ ਨਾਲ ਛਣਾ, ਹਾਇਨੀਆਂ ਮੁਸੀਬਤਾਂ ਪਾ ਕੇ ਸੋਣੀਏ, ਤੇ ਅਸੀਂ ਟਾਕ ਮਹਿਬੂਬ ਦੀ, ਕੰਢੇ ਉੱਤੇ ਮੈਂ ਰੁਮਾਵੇ ਆ ਜਾ ਕਦੋਂ ਦੀ ਖੜੀ ਖੜੀ, ਮੈਂ ਕੰਢੇ ਉੱਤੇ ਮੈਂ ਰੁਮਾਵੇ ਆ ਜਾ ਕਦੋਂ ਦੀ ਖੜੀ ਖੜੀ, ਮੈਂ ਕੰਢੇ ਉੱਤੇ ਮੈਂ ਰੁਮਾਵੇ ਆ ਜਾ ਕਦੋਂ ਦੀ ਖੜੀ, ਦਿਲ ਵਿੱਚ ਸ਼ੌਕ ਮਿਲਣ ਦਾ, ਦਿਲ ਵਿੱਚ ਸ਼ੌਕ ਮਿਲਣ ਦਾ, ਉੱਤੋਂ ਲੱਗੀ ਹੈ ਝੜੀ ਝੜੀ, ਮੈਂ ਕੰਢੇ ਉੱਤੇ ਮੈਂ ਰੁਮਾਵੇ ਆ ਜਾ ਕਦੋਂ ਦੀ ਖੜੀ ਖੜੀ, ਮੈਂ ਕੰਢੇ ਉੱਤੇ ਮੈਂ ਰੁਮਾਵੇ ਆ ਜਾ ਕਦੋਂ ਦੀ ਖੜੀ ਖੜੀ, ਮੈਂ ਕੰਢੇ ਉੱਤੇ ਮੈਂ ਰੁਮਾਵੇ ਆ ਜਾ ਕਦੋਂ ਦੀ ਖੜੀ, ਖੋਲ ਕੇ ਪਛਾਣ ਇੱਕ ਰਾਤ ਹਨੇਰੀ ਚੜਿਆ ਪਾਣੀ ਦਾ ਤੂਫਾਨ, ਆਪਾਂ ਦੋਵਾਂ ਹੀ ਡੁੱਬ ਜਾਣਾ, ਆਪਾਂ ਦੋਵਾਂ ਹੀ ਡੁੱਬ ਜਾਣਾ, ਵੇਲਾ ਖੜੀ ਦੋ ਖੜੀ ਖੜੀ, ਮੈਂ ਕੰਢੇ ਉੱਤੇ ਮੈਂ ਰੁਮਾਵੇ ਆ ਜਾ ਕਦੋਂ ਦੀ ਖੜੀ ਖੜੀ, ਮੈਂ ਕੰਢੇ ਉੱਤੇ ਮੈਂ ਰੁਮਾਵੇ ਆ ਜਾ ਕਦੋਂ ਦੀ ਖੜੀ, ਹੋ ਮੈਂ ਰੁਮਾ
ਸਮਾਵਾਂ ਤੋਂ ਬਾਅਦ ਜੇਬ ਮੇਰੇ ਇਸ ਵੇਲੇ ਸਹੁੰ ਲੱਗੇ, ਮੇਰੀਆਂ ਤਿੰਨ ਜੇਬਾਂ ਨੇ, ਆਹ ਵੀ ਖਾਲੀ ਆ, ਆਹ ਵੀ ਖਾਲੀ ਆ ਅਤੇ ਆਹ ਵੀ ਖਾਲੀ। ਮੇਰੇ ਕੋਲ ਸਭ ਤੋਂ ਕੀਮਤੀ ਔਰ ਸਿਗਨੇਚਰ ਮੇਰੇ ਕਫਲਿੰਗਸ ਨੇ ਜਿਹੜੇ ਬਹੁਤ ਮਸ਼ਹੂਰ ਨੇ ਕਿ ਹੌਬੀ ਕੁੜਤੇ ਪਜਾਮੇ ਨੂੰ ਕਫਲਿੰਗਸ ਲਾ ਕੇ ਜੀਓ, ਮਿਹਰਬਾਨੀ ਜਿਉਂਦਾ ਰਹੇ। ਮੇਰਾ ਮੇਲੇ ਕਠਾਰ ਦੇ ਆਉਣ ਦਾ ਜਿਹੜਾ ਸਫ਼ਰ ਸੀ ਉਹ ਸਫਲ ਹੋ ਗਿਆ। ਜਿਉਂਦੇ ਰਹੋ ਤੁਸੀਂ, ਤੁਹਾਨੂੰ ਰੱਬ ਸਫਲਤਾ ਬਖਸ਼ੇ। ਜਿੰਨੇ ਵੀ ਪੰਜਾਬ ਦੇ ਰੰਗ ਨੇ ਉਹ ਹੋਰ ਗੂੜੇ ਕਰੇ, ਕੁਛ ਇੱਕ ਫਿੱਕੇ ਹੋਏ ਨੇ, ਤੁਸੀਂ ਸਾਂਭ ਲਿਓ, ਜਿਉਂਦੇ ਰਹੋ। ਬਹੁਤ ਸਾਰਾ ਪਿਆਰ।